ਪਿਛਲੇ ਇੱਕ ਹਫ਼ਤੇ ਤੋਂ ਉਹਨੂੰ ਲੈ ਕੇ ਕਈ ਤਰ੍ਹਾਂ ਦੀਆਂ ਜਿਹੜੀਆਂ ਆ ਅਫਵਾਹਾਂ, ਝੂਠਾ ਪ੍ਰੋਪੇਗੰਡਾ ਔਰ ਕਿਤੇ ਨਾ ਕਿਤੇ ਪੰਜਾਬ ਦੇ ਲੋਕਾਂ 'ਚ ਇੱਕ ਗਲਤ ਪ੍ਰਭਾਵ ਦੇਣ ਦੀ ਵੀ ਇੱਕ ਸੈਕਸ਼ਨ ਵੱਲੋਂ ਕੋਸ਼ਿਸ਼ ਕੀਤੀ ਜਾ ਰਹੀ ਹੈ। ਲੇਕਿਨ ਮੈਂ ਤੁਹਾਡੇ ਰਾਹੀਂ ਸਾਰੇ ਪੰਜਾਬ ਦੇ ਲੋਕਾਂ ਨੂੰ ਉਹਦਾ ਬਿਹਾਫ ਆਫ ਆਮ ਆਦਮੀ ਪਾਰਟੀ ਗੌਰਮੈਂਟ ਮਾਨ ਸਾਹਿਬ ਦੀ ਸਰਕਾਰ ਦੇ ਬਿਹਾਫ 'ਤੇ ਇਹ ਸਪਸ਼ਟ ਕਰਨਾ ਚਾਹੁੰਦਾ ਹੈ ਕਿ ਜਿਹੜੇ ਵੀ ਲੋਕ ਇਨੋਸੈਂਟ ਹੈ, ਬੇਗੁਨਾਹ ਆ, ਬੇਦੋਸ਼ੇ ਆ, ਜਿਨ੍ਹਾਂ ਦੀ ਅੰਮ੍ਰਿਤਪਾਲ ਵਾਲੇ ਐਪੀਸੋਡ ਨੂੰ ਲੈ ਕੇ ਕਿਸੇ ਤਰ੍ਹਾਂ ਦੀ ਡਾਇਰੈਕਟ ਜਾਂ ਇਨਡਾਇਰੈਕਟ ਦੇਸ਼ ਨੂੰ ਤੋੜਨ ਦੀ ਸਾਜਿਸ਼, ਭਾਈਚਾਰਿਆਂ 'ਚ ਨਫ਼ਰਤ ਫੈਲਾਉਣ ਨੂੰ ਲੈ ਕੇ ਪੰਜਾਬ ਦੇ ਅਮਨ, ਭਾਈਚਾਰੇ, ਸ਼ਾਂਤੀ ਨੂੰ ਖਰਾਬ ਕਰਨ 'ਚ ਕੋਈ ਭੂਮਿਕਾ ਨਹੀਂ ਹੈ, ਉਹਨਾਂ ਲੋਕਾਂ 'ਤੇ ਕਿਸੇ ਤਰ੍ਹਾਂ ਦੀ ਕੋਈ ਵੀ ਜ਼ਿਆਦਤੀ ਜਾਂ ਲੀਗਲ ਕਾਰਵਾਈ ਨਹੀਂ ਕੀਤੀ ਜਾਊਗੀ। ਇਹ ਮੈਂ ਬੜਾ ਸਪਸ਼ਟ ਕਰਨਾ ਚਾਹੁੰਦਾ ਹਾਂ। ਮਾਣਯੋਗ ਮੁੱਖ ਮੰਤਰੀ ਜੀ ਨੇ ਵੀ ਸਖ਼ਤ ਹਦਾਇਤਾਂ ਦਿੱਤੀਆਂ ਕਿ ਜਿਹੜੇ ਲੋਕ 'ਤੇ ਐਂਟੀ ਪੰਜਾਬ ਐਂਟੀ ਨੈਸ਼ਨਲ ਕਾਰਵਾਈ 'ਚ ਸ਼ਾਮਿਲ ਹੈ, ਜਿਹੜੇ ਪੰਜਾਬ ਦੇ ਭਾਈਚਾਰੇ ਨੂੰ ਅੱਗ ਲਾਉਣਾ ਚਾਹੁੰਦੇ ਆ, ਜਿਹੜੇ ਪੰਜਾਬ 'ਚ ਫਿਰਕਾ ਪ੍ਰਸਤੀ ਦੇ ਨਾਂ 'ਤੇ ਕਮਿਊਨਲ ਟੈਂਸ਼ਨ ਪੈਦਾ ਕਰਨਾ ਚਾਹੁੰਦੇ, ਉਹਨਾਂ ਨੂੰ ਬਖਸ਼ਿਆ ਨਹੀਂ ਜਾਊਗਾ। ਲੇਕਿਨ ਵਿਦੋਸ਼ੇ, ਬੇਗੁਨਾਹ, ਇਨੋਸੈਂਟ ਨੂੰ ਕਿਸੇ ਤਰ੍ਹਾਂ ਦੀ ਡਰਨ ਦੀ, ਘਬਰਾਉਣ ਦੀ ਜ਼ਰੂਰਤ ਨਹੀਂ ਹੈ। ਜਿਹੜੀ ਵੀ ਡਿਟੈਂਸ਼ਨ ਹੋਈ ਆ ਪਿਛਲੇ ਦਿਨਾਂ 'ਚ, ਇਹ ਵੀ ਮੈਂ ਸਪਸ਼ਟ ਕਰਦਾ, ਜਿਹੜੀ ਡਿਟੈਂਸ਼ਨ ਹੋਈ ਆ, ਕੁਛ ਲੋਕਾਂ ਦੀ ਇਨਵੈਸਟੀਗੇਸ਼ਨ ਹੋਈ ਆ, ਜਿਹੜੀ ਇਨਕੁਆਇਰੀ ਹੋਈ ਆ, ਉਹਦੇ ਪਿੱਛੇ ਸਪਸ਼ਟ ਮਕਸਦ ਹੈ ਕਿ ਇਹ ਪੂਰੀ ਕਾਰਵਾਈ 'ਚ ਉਹਨਾਂ ਦੀ ਕੋਈ ਦਖਲਅੰਦਾਜ਼ੀ ਤਾਂ ਨਹੀਂ ਹੈ, ਕੋਈ ਰੋਲ ਤਾਂ ਨਹੀਂ ਹੈ। ਕਿਸੇ ਦੀ ਅਗਰ ਕਿਸੇ ਨਾਲ ਫੋਨ 'ਤੇ ਗੱਲ ਹੋਈ ਆ, ਕਿਸੇ ਨਾਲ ਕੋਈ ਮੁਲਾਕਾਤ ਹੋਈ ਆ, ਉਹਦਾ ਕੀ ਪਰਪਸ ਸੀ? ਇਨਵੈਸਟੀਗੇਸ਼ਨ ਪੁਆਇੰਟ ਆਫ ਵਿਊ ਨਾਲ, ਇਨਕੁਆਇਰੀ ਦੇ ਪੁਆਇੰਟ ਆਫ ਵਿਊ ਨਾਲ ਜ਼ਰੂਰ ਕੁਛ ਲੋਕਾਂ ਨੂੰ ਬੁਲਾਇਆ ਜਾ ਰਿਹਾ, ਇਨਵੈਸਟੀਗੇਟ ਵੀ ਕੀਤਾ ਜਾ ਰਿਹਾ। ਲੇਕਿਨ ਮੈਂ ਫੇਰ ਕਹਿਦਾ, ਇਨੋਸੈਂਟ ਦੇ ਖਿਲਾਫ਼ ਕੋਈ ਵੀ ਕਾਨੂੰਨੀ ਕਾਰਵਾਈ ਕੀਤੀ ਨਹੀਂ ਜਾਊਗੀ। ਹਾਲਾਂਕਿ ਪੰਜਾਬ ਦਾ ਪੂਰਾ ਇਤਿਹਾਸ ਆਪਾਂ ਜਦੋਂ ਦੇਖਦੇ ਹਾਂ ਪਿਛਲਾ, ਕਿ ਜਦੋਂ ਵੀ ਕੋਈ ਪੰਜਾਬ 'ਚ ਇਹੋ ਜਿਹੀ ਘਟਨਾ ਘਟੀ ਹੈ ਪਾਸਟ 'ਚ, ਹਮੇਸ਼ਾ ਬੇਗੁਨਾਹ ਇਨੋਸੈਂਟ ਲੋਕ ਵੀ ਕਿਤੇ ਨਾ ਕਿਤੇ ਪੰਜਾਬ ਦੀ ਉਹ ਮੌਕੇ ਦੀਆਂ ਸਰਕਾਰਾਂ ਨੇ ਝੂਠੇ ਪਰਚੇ ਵੀ ਪਾਏ, ਖੂਨ ਖਰਾਬੇ ਵੀ ਕੀਤੇ। ਇਸ ਪੂਰੇ ਆਪਰੇਸ਼ਨ 'ਚ ਨਾ ਤਾਂ ਪੰਜਾਬ ਸਰਕਾਰ ਨੇ ਕੋਈ ਗੋਲੀ ਚਲਾਈ, ਨਾ ਚਲਾਉਣ ਦਿੱਤੀ, ਕਿਸੇ ਤਰ੍ਹਾਂ ਦਾ ਕੋਈ ਖੂਨ ਖਰਾਬਾ ਨਹੀਂ ਹੋਇਆ। ਪੂਰੀ ਕੋਸ਼ਿਸ਼ ਇਹ ਰਹੀ ਹੈ ਕਿਸੇ ਵੀ ਬੇਗੁਨਾਹ ਨੂੰ ਜਾਂ ਆਮ ਸਿਟੀਜਨ ਨੂੰ ਕੋਈ ਨੁਕਸਾਨ ਨਾ ਹੋਵੇ ਔਰ ਗੁਨਾਹਗਾਰ ਜਿਹੜਾ ਉਹ ਬਚੇ ਨਾ। ਪੰਜਾਬ ਦੀ ਸਰਕਾਰ ਨੇ ਇਨਸ਼ੋਰ ਕੀਤਾ ਕਿ ਕੋਈ ਵੀ ਇਨੋਸੈਂਟ ਜਿਹੜਾ ਸਿਟੀਜਨ ਹੈ, ਪੰਜਾਬੀ ਹੈ, ਜੇ ਉਹਦੀ ਇੰਟੈਂਸ਼ਨ ਗਲਤ ਨਹੀਂ ਹੈ, ਜੇ ਉਹਦੀ ਡਾਇਰੈਕਟ ਜਾਂ ਇਨਡਾਇਰੈਕਟ ਇਨਵੋਲਵਮੈਂਟ ਨਹੀਂ ਹੈ, ਉਹਨੂੰ ਸਿਰਫ ਅਤੇ ਸਿਰਫ ਇਨਵੈਸਟੀਗੇਸ਼ਨ ਪੁਆਇੰਟ ਆਫ ਵਿਊ ਨਾਲ ਜ਼ਰੂਰ ਬੁਲਾਇਆ ਜਾ ਰਿਹਾ ਕੁਛ ਲੋਕਾਂ ਨੂੰ, ਲੇਕਿਨ ਉਹਨਾਂ 'ਤੇ ਕੋਈ ਕਾਰਵਾਈ ਨਹੀਂ ਹੋਊਗੀ। ਇਹ ਝੂਠੇ ਪ੍ਰੋਪਾਗੈਂਡਾ 'ਚ ਆਉਣ ਦੀ ਜ਼ਰੂਰਤ ਨਹੀਂ ਹੈ, ਜਿਹੜਾ ਵਿਰੋਧੀ ਪਾਰਟੀਆਂ ਵੱਲੋਂ ਔਰ ਕੁਛ ਤਬਕੇ ਵੱਲੋਂ ਚਲਾਇਆ ਜਾ ਰਿਹਾ। ਸੋ ਅੱਜ ਦਾ ਮਕਸਦ ਇਹ ਸੀ, ਕੋਈ ਡਰਨ ਦੀ, ਕੋਈ ਘਬਰਾਉਣ ਦੀ ਜ਼ਰੂਰਤ ਨਹੀਂ ਹੈ। ਮਾਨ ਸਾਹਿਬ ਦੀ ਸਰਕਾਰ ਹਰੇਕ ਉਹ ਪੰਜਾਬੀ ਦੇ ਪ੍ਰਤੀ ਜ਼ਿੰਮੇਵਾਰੀ ਨਾਲ ਆਪਣੀ ਡਿਊਟੀ ਨਿਭਾ ਰਹੀ ਆ, ਜਿਹੜਾ ਪੰਜਾਬ ਦੀ ਤਰੱਕੀ 'ਚ, ਪੰਜਾਬ ਦੇ ਭਾਈਚਾਰੇ ਨੂੰ ਬਣਾ ਕੇ ਰੱਖਣ 'ਚ, ਪੰਜਾਬ ਦੀ ਔਰ ਦੇਸ਼ ਦੀ ਏਕਤਾ ਔਰ ਅਖੰਡਤਾ 'ਚ ਭਰੋਸਾ ਰੱਖਦਾ, ਉਹਦੇ 'ਤੇ ਬਿਲਕੁਲ ਕਿਸੇ ਤਰ੍ਹਾਂ ਦੀ ਕੋਈ ਵੀ ਜ਼ਿਆਦਤੀ ਨਹੀਂ ਹੋਊਗੀ। ਇਹ ਇਨਸ਼ੋਰ ਅਸੀਂ ਕਰਦੇ ਹਾਂ। ਬਾਕੀ ਲਾਸਟ ਲਾਸਟ ਸਬਮਿਸ਼ਨ ਹੈ ਮੇਰੀ। ਬਾਕੀ ਅੱਜ ਮੈਂ ਫੇਰ ਬੇਨਤੀ ਕਰੂੰਗਾ, ਮਾਣਯੋਗ ਮੁੱਖ ਮੰਤਰੀ ਜੀ ਨੇ ਵੀ ਇਹ ਗੱਲ ਕਹੀ ਸੀ ਕੁਛ ਦਿਨ ਪਹਿਲਾਂ, ਕਿ ਪੰਜਾਬ ਨੂੰ ਅੱਜ
रोजगार तो लैके खेती नूं सुरजीत करन वास्ते, बेरोजगारी नूं दूर करन वास्ते, करप्शन नूं खत्म करन वास्ते जिहड़ी एक कोशिश पंजाब सरकार दी चल रही है, यही पंजाब दी प्रायोरिटी, यही पंजाब दी अज जरूरत है। पंजाब दी जवानी, पंजाब दी किसानी बचाउणा, पंजाब दी इंडस्ट्री नूं बचाउणा, ये साडी प्रायोरिटी है। पंजाब दे भाईचारे नूं बरकरार रखना, गुरुआं दे संदेश ते सरबत दे भले ते सिद्धांत ते चलदे होए पंजाब नूं अग्गे लिजाउणा, इस सरकार दी प्रायोरिटी है, जिम्मेवारी है। और जिहड़े लोग धर्म दे नां ते फिरका प्रस्ती दे नां ते नौजवानां नूं गुमराह करके सिर्फ ते सिर्फ गलत रस्ते ते पाउणा चाहुंदे आ, उहनां तों बचण दी लोड़ है। और किसी भी उस प्रोपेगेंडे का हिस्सा पंजाबियों ने नहीं बनना जिदे नाल पंजाब दा और पंजाबियों का कोई नुकसान होवे। पंजाब सरकार हरेक उस सुहर्द पंजाबी विदोशी इनोसेंट पंजाबी दे नाल खड़ी है। तुहाडा कोई सवाल होवे तो कर सकते। देखो हजे उहदे ते उहदी अरैसट तो नहीं हुई, लेकिन पंजाब पुलिस की और सरकार की कार्रवाई जारी है और उम्मीद करते हैं बहुत जल्दी उहदी जिहड़ी अरैसट जिहड़ी आ होवेगी। देखो सीसीटीवी का मकसद तो यह है भी अज हुण जमाना ही मतलब हरेक घर बार दे बाहर लाए आ लोगों ने, कितना कितो रिकॉर्ड मिल जाता है। अज तो 10 साल पहला तो ये गल्लां नहीं सीगियां, 20 साल पहला तो सुभाविक तौर पर है कितना कित कोई इनफॉर्मेशन आ रही है, लेकिन जिहड़ी करंट सिचुएशन है वो ये है हजे तक वो गिरफ्तारी नहीं हुई, लेकिन होगी। सब तो पहला सारे ही सत्कारयोग मीडिया के साथियों का मैं स्वागत करता है। आज पंजाब जिहड़ी पूरी स्थिति बनी हुई है, पिछले एक हफ्ते तो उन्हों लैके